ਨਾ ਗਿਆ ਇਹਦਾ ਦੀ ਜੁਦਾਈ ਦਾ, ਅਸਾਂ ਜ ਮੁੜ ਕੇ ਆਉਣਾ ਨਹੀਂ। ਅਸਲਾਮ ਅਲੈਕਮ ਵੀਰੋ, ਕੀ ਹਾਲ ਚਾਲ ਹੈ? ਸ਼ਹੀਦੀ ਦਿਹਾੜੇ ਆ ਗਏ, ਗੁਰੂ ਗੋਬਿੰਦ ਸਿੰਘ ਦੇ ਮਾਸੂਮ ਰੱਬ ਦਾ ਨੂਰ ਸਜ਼ਾ ਦੇ ਜਦੋਂ ਆਪਣੀ ਦਾਦੀ ਨੂੰ ਆਖਰੀ ਵਾਰ ਮਿਲੇ ਅਤੇ ਜਾਣ ਲੱਗੇ ਸ਼ਹੀਦੀ ਵਾਸਤੇ, ਅਤੇ ਉਹਨਾਂ ਨੇ ਕਿਹੜੇ ਜਿਹੜੇ ਅਲਫਾਜ਼ ਕਹੇ ਨਾ, ਅੱਜ ਉਹ ਅਲਫਾਜ਼ ਗਾਣੇ ਵਿੱਚ ਬਿਆਨ ਕੀਤੇ ਆ। ਅਸੀਂ ਉਹਦਾ ਗਾਣਾ ਸੁਣਾਂਗੇ ਅਤੇ ਗਾਣਾ ਤੁਹਾਡੀ ਰੂਹ ਕੰਬ ਉੱਠੇਗੀ। ਤੁਸੀਂ ਗਾਣਾ ਮੈਂ ਕਿਹਾ ਸੁਣ ਕੇ ਨਾ ਤੁਹਾਡਾ ਦਿਲ ਪਾੜ ਜਾਏਗਾ। ਸੋ ਚੱਲ ਕੇ ਵੀਡੀਓ ਦੇਖਦੇ ਹਾਂ ਅਤੇ ਇਸ ਦੇ ਬਾਰੇ ਗੱਲਬਾਤ ਕਰਦੇ ਹਾਂ। ਸੱਚ ਮੁੜ ਕੇ ਆਉਣਾ ਨਹੀਂ, ਵੇਲਾ ਗਿਆ ਹੈ ਦਾਦੀ ਜੁਦਾਈ ਦਾ, ਸੱਚ ਮੁੜ ਕੇ ਆਉਣਾ ਨਹੀਂ। ਤੈਨੂੰ ਦੱਸੀਏ ਕਿਵੇਂ ਕੀ ਹੋਣਾ ਹੈ, ਛੜਿਆ ਤੁਸੀਂ ਵੀ ਚੱਲੇ, ਨਿਰਦਿਆਂ ਦੇ ਹੱਥੀ ਚੜ ਚੱਲੇ, ਮੈਂ ਵੀ ਤੁਹਾਡੇ ਮਗਰੇ ਆਵਾਂ, ਬਸ ਹੁਣ ਮੈਂ ਵੀ ਸੱਚ ਖੰਡ ਜਾਵਾਂ। ਵੇਲਾ ਆ ਗਿਆ ਹੈ ਦਾਦੀ ਤੋਂ ਜੁਦਾਈ ਦਾ, ਤੂੰ ਸਾਜ ਮੁੜ ਕੇ ਆਉਣਾ ਨਹੀਂ, ਤੈਨੂੰ ਦੱਸੀ ਕਿਵੇਂ ਕੀ ਹੋਣਾ ਏ, ਤੇਰੀ ਅੱਖੀਆਂ ਨੂੰ ਅਸੀਂ ਰੁਲਾਉਣਾ ਨਹੀਂ। ਰੱਜ ਕੇ ਨਿਹਾਰ ਲਾ ਮੈਂ ਸੁਰਤਾ ਪਿਆਰੀਆਂ, ਪਿਆਰੇ ਪਿਆਰੇ ਸਿਰਾਂ ਤੇ ਕਲਗੀ ਸਜਾ ਦਿਆਂ, ਤੋਰਨ ਤੋਂ ਪਹਿਲਾਂ ਤੁਹਾਨੂੰ ਲਾੜਾ ਬਣਾ ਦਿਆਂ, ਲਾੜਾ ਬਣਾ ਦਿਆਂ।
ਦੋਸਤੋ ਜਿਹੜੀ ਵੀਡੀਓ ਹੈ ਦੇਖ ਕੇ ਬੰਦੇ ਦੇ ਰੌਂਗਟੇ ਖੜੇ ਹੋ ਜਾਂਦੇ ਹੈ, ਬੋਲਣ ਦੀ ਸਖਤ ਨਹੀਂ ਰਹਿੰਦੀ। ਬਹੁਤ ਹੀ ਮੈਂ ਕਹਿੰਦਾ ਕਿ ਤੁਸੀਂ ਇੱਕ ਦਫ਼ਾ ਸੋਚ ਕੇ ਦੇਖੋ, ਆਪਣਾ ਸੋਚ ਕੇ ਦੇਖੋ, ਤੁਹਾਡਾ ਕੋਈ ਬੜਾ ਪਿਆਰਾ, ਤੁਹਾਡੀ ਔਲਾਦ, ਤੁਹਾਡੇ ਭੈਣ ਭਰਾ ਅਗਰ ਉਹ ਕਿਸੇ ਐਸੀ ਜਗ੍ਹਾ 'ਤੇ ਜਾਣ ਰਹੇ ਹੋਣ ਕਿ ਜਿੱਥੋਂ ਉਹ ਕਹਿਣ ਕਿ ਮੈਂ ਵਾਪਸ ਨਹੀਂ ਆਉਣਾ, ਤਾਂ ਕੀ ਬੀਤਦੀ ਹੈ ਬੰਦੇ ਦੇ ਦਿਲ ਨੂੰ, ਕਿਸ ਤਰ੍ਹਾਂ ਹੌਲ ਪੈਂਦੇ ਹੈ, ਉਹਦੇ ਵਾਸਤੇ ਕਿੱਡਾ ਜਿਗਰਾ ਚਾਹੀਦਾ। ਇਹ ਕਹਿਣਾ ਆਸਾਨ ਬੜਾ, ਸੁਣਨਾ ਵੀ ਬੜਾ ਆਸਾਨ ਲੱਗਦਾ ਵੈ, ਲੇਕਿਨ ਕੁਰਬਾਨੀ ਐਡੀ ਵੱਡੀ ਦੇਣਾ ਹੈ, ਬੜਾ ਔਖਾ ਕੰਮ ਜੇ ਵੀਰੋ। ਸਾਡੇ ਕੋਲ ਅੱਜ ਕੱਲ੍ਹ ਇੰਨਾ ਟਾਈਮ ਨਹੀਂ ਹੈਗਾ ਕਿ ਅਸੀਂ ਕੁਰਬਾਨੀ ਦੇ ਸਕੀਏ। ਕੁਰਬਾਨੀ ਦੇਣਾ ਤਾਂ ਬੜੀ ਦੂਰ ਦੀ ਗੱਲ ਹੈ, ਸਿੱਖਾਂ ਕੋਲ ਇੰਨਾ ਟਾਈਮ ਨਹੀਂ ਹੈ ਕਿ ਆਪਣੇ ਗੁਰੂ ਦੀ ਉਹ ਸੁਣ ਸਕਣ, ਸ਼ਿਕਸ਼ਾ ਸੁਣ ਸਕਣ। ਮੁਸਲਮਾਨਾਂ ਕੋਲ ਇੰਨਾ ਟਾਈਮ ਨਹੀਂ ਹੈ ਕਿ ਨਮਾਜ਼ ਪੜ੍ਹਨ, ਜਾਂ ਕਿ ਆਪਣੇ ਜਿਹੜੇ ਉਹਨਾਂ ਦੇ ਵੱਡਿਆਂ ਨੇ ਕੁਰਬਾਨੀ ਦਿੱਤੀਆਂ ਉਹਨਾਂ ਨੂੰ ਯਾਦ ਕਰਨ, ਉਹਨਾਂ ਦੀ ਗ੍ਰੇਟਨੈਸ ਦੇਖਣ। ਦੇਖਣ ਦਾ ਤੱਕ ਤਾਂ ਟਾਈਮ ਨਹੀਂ ਹੈਗਾ, ਅਤੇ ਕੁਰਬਾਨੀ ਦੇਣਾ ਤਾਂ ਬੜੀ ਦੂਰ ਦੀ ਗੱਲ ਹੈ। ਤੁਸੀਂ ਦੇਖੋ ਕਿ ਛੋਟੇ ਛੋਟੇ ਮਾਸੂਮ ਬੱਚੇ ਹਰ ਕਿਸੇ ਦੇ ਘਰ ਦੇ ਵਿੱਚ, ਕਿਸੇ ਦਾ ਭੈਣ ਭਰਾਵਾ ਜਾਂ ਕਿਸੇ ਦੀ ਔਲਾਦ ਹੈ, ਤੁਹਾਡੀ ਔਲਾਦ ਨੂੰ ਨਿੱਕੀ ਜਿੰਨੀ ਵੀ ਤਕਸੀਰ ਹੋਵੇ ਨਾ, ਤਕਲੀਫ ਬਿਮਾਰੀ ਹੋਵੇ, ਅਤੇ ਬੰਦੇ ਨੂੰ ਖਾਣਾ ਭੁੱਲ ਜਾਂਦਾ, ਬੰਦੇ ਦੀ ਜਾਨ ਨਿਕਲ ਜਾਂਦੀ ਹੈ, ਅਤੇ ਫਿਰ ਔਲਾਦ ਦੇਖੋ ਜਿਹੜਾ ਦਾਦੀ ਦਾਦਾ ਹੁੰਦੇ ਆ ਨਾ, ਉਹਨਾਂ ਨੂੰ ਆਪਣੇ ਬੱਚਿਆਂ ਨਾਲੋਂ, ਆਪਣੇ ਪੁੱਤਰਾਂ ਨਾਲੋਂ, ਆਪਣੇ ਜਿਹੜੇ ਅੱਗੇ ਨਵਾਸੇ ਹੁੰਦੇ ਆ ਨਾ, ਜਿਹੜੇ ਅੱਗੇ ਉਹਨਾਂ ਦੇ ਬੱਚੇ ਹੁੰਦੇ, ਉਹ ਜ਼ਿਆਦਾ ਪਿਆਰੇ ਹੁੰਦੇ ਆ, ਉਹਨਾਂ ਦੀ ਜਾਨ ਹੁੰਦੀ ਉਹਦੇ ਵਿੱਚ। ਅਤੇ ਤੁਸੀਂ ਸੋਚੋ ਕਿ ਜਦੋਂ ਛੋਟੇ ਸਾਹਿਬਜ਼ਾਦਿਆਂ ਨੇ ਆਪਣੀ ਦਾਦੀ ਨੂੰ ਕਿਹਾ ਹੋਏਗਾ ਕਿ ਅਸੀਂ ਜਾ ਰਹੇ ਹਾਂ ਹੁਣ ਆਖਰੀ ਵਾਰੀ, ਅਸੀਂ ਨਹੀਂ ਆਉਣਾ, ਅਤੇ ਉਹਨਾਂ ਦਾ ਕੀ ਆਲਮ ਹੋਏਗਾ, ਉਹਨਾਂ ਨੂੰ ਕਿੰਨੀ ਤਕਲੀਫ ਹੋਈ ਹੋਏਗੀ, ਕਿੰਨਾ ਦੁੱਖ ਆਇਆ ਹੋਇਆ ਹੈਗਾ। ਇਸ ਚੀਜ਼ ਦਾ ਅੰਦਾਜ਼ਾ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਕੋਈ ਬੰਦਾ ਨਹੀਂ ਕਰ ਸਕਦਾ। ਇਹ ਬੜੀ ਵੱਡੀ ਤਕਲੀਫ ਹੈ, ਬੜਾ ਵੱਡਾ ਦੁੱਖ ਹੈ। ਇਹ ਸਿਰਫ ਜਿਸ ਬੰਦੇ ਦੇ ਗੁਜ਼ਰੀ ਹੈ ਉਹੀ ਸਮਝ ਸਕਦਾ ਵੈ, ਅਤੇ ਫਿਰ ਉਸ ਬੱਚਿਆਂ ਦੀ ਤੁਸੀਂ ਬਹਾਦਰੀ ਵੇਖੋ ਕਿ ਛੋਟੇ ਛੋਟੇ ਸਾਹਿਬਜ਼ਾਦੇ ਹੈ, ਮਾਸੂਮ ਬੱਚੇ, 9 ਸਾਲ ਅਤੇ 7 ਸਾਲ ਦੀ ਉਮਰ ਦੇ ਵਿੱਚ, ਦੱਸੋ ਬੱਚਿਆਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਕੀ ਮਜ਼ਹਬ ਹੈ, ਕੀ ਕੁਛ ਹੈ, ਅਤੇ ਐਡੀ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਕਿੰਨੇ ਜ਼ੁਲਮ ਸਿਤਮ ਬਰਦਾਸ਼ਤ ਕੀਤੇ, ਅਤੇ ਉਹ ਝੁਕੇ ਨਹੀਂ, ਅਤੇ ਇਸ ਤਰ੍ਹਾਂ ਉਹਨਾਂ ਨੇ ਮੁਕਾਬਲਾ ਕੀਤਾ। ਲੇਕਿਨ ਤੁਸੀਂ ਇੱਕ ਗੱਲ ਦੇਖੋ ਕਿ ਅਗਰ ਉਹਨਾਂ ਨੇ ਐਡੀ ਵੱਡੀ ਕੁਰਬਾਨੀ ਦਿੱਤੀ ਹੈ ਤਾਂ ਤਦੇ ਉਹਨਾਂ ਦਾ ਨਾਂ ਵੀ ਹੈ ਵੈ। ਬਾਕੀ ਤੁਸੀਂ ਦੇਖ ਲਓ ਹਾਂ, ਜਿਹੜੇ ਆਮ ਦੁਨੀਆ ਦੇ ਲੋਕ ਆ ਰਹੇ ਹੈ, ਕੋਈ ਵੀ ਆ ਰਿਹਾ ਵੈ, ਉਹ ਜਾ ਰਿਹਾ ਵੈ, ਕਿਸੇ ਦਾ ਨਾਂ ਹੁੰਦਾ ਨਹੀਂ ਹੁੰਦਾ, ਨਾਮ ਕਿਹਨਾਂ ਦਾ ਵੈ ਜਿਹਨਾਂ ਨੇ ਕੁਰਬਾਨੀਆਂ ਦਿੱਤੀਆਂ, ਅਤੇ ਕੁਰਬਾਨੀਆਂ ਕੌਣ ਦਿੰਦੇ ਹੈ ਕਿ ਕੁਰਬਾਨੀਆਂ ਦੇਣ ਦੇ ਨਾਲ ਹੀ ਬੰਦਾ ਹਮੇਸ਼ਾ ਯਾਦ ਰੱਖਿਆ ਜਾਂਦਾ ਵੈ। ਸਾਡੇ ਅੰਬੀਆ ਕਰਾਮ, ਸਾਡੇ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਨਿਵਾਸੇ, ਉਹਨਾਂ 'ਤੇ ਵੀ ਜਦੋਂ ਮੈਦਾਨੇ ਕਰਬਲਾ ਦੇ ਵਿੱਚ ਇਸੇ ਤਰ੍ਹਾਂ ਹੀ ਦੀਨ ਦੀ ਇੱਕ ਜੰਗ ਹੋਈ, ਅਤੇ ਉਹਨਾਂ ਨੇ ਹੱਕ ਸੱਚ ਦਾ ਸਾਥ ਦਿੱਤਾ। ਵੀਰੋ, ਹੱਕ ਸੱਚ ਦਾ ਜਿਹੜਾ ਸਾਥ ਦੇਣਾ ਨਾ, ਬੜਾ ਮੁਸ਼ਕਲ ਹੈ। ਇਹਦੀ ਵਜ੍ਹਾ ਤੋਂ ਹੀ ਜਦੋਂ ਵੀ ਤੁਸੀਂ ਹੱਕ ਦੀ ਗੱਲ ਕਰੋਗੇ, ਤੁਹਾਡੀ ਜਾਨ ਦੇ ਦੁਸ਼ਮਣ ਲੋਕ ਬਣ ਜਾਣਗੇ, ਤੁਹਾਡੇ ਤੋਂ ਪਿੱਛੇ ਨਹੀਂ ਹਟਣਗੇ। ਇਹ ਤਾਰੀਖ ਦੇ ਵਿੱਚ ਹਰ ਮਜ਼ਹਬ ਦੇ ਵਿੱਚ ਮਿਸਾਲਾਂ ਭਰੀਆਂ ਪਈਆਂ ਵੈ। ਤੁਸੀਂ ਕ੍ਰਿਸਚੈਨਿਟੀ ਦੇਖ ਲਓ, ਸਿੱਖਇਜ਼ਮ ਦੇਖ ਲਓ, ਮੁਸਲਮਾਨਾਂ ਦਾ ਮਜ਼ਹਬ ਦੇਖ ਲਓ, ਹਰ ਜਗ੍ਹਾ 'ਤੇ ਇੰਝ ਹੈ, ਜਿਹਨੇ ਹੱਕ ਸੱਚ ਦੀ ਗੱਲ ਕੀਤੀ ਹੈ ਉਹਦੇ ਆਪਣੇ ਹੀ ਉਹਦੇ ਦੁਸ਼ਮਣ ਹੋ ਗਏ ਹੈ। ਲੇਕਿਨ ਇੱਥੇ ਤਾਂ ਹੈ ਹੀ ਖੈਰ, ਦੂਸਰੀ ਕੌਮ ਸੀ, ਇੱਥੇ ਤਾਂ ਮੁਸਲਮਾਨ ਸੀ, ਮੁਸਲਮਾਨ ਦੇਖੋ ਉਹਨਾਂ ਨੇ ਮੁਸਲਮਾਨਾਂ ਦੇ ਨਾਮ 'ਤੇ ਦਫਾ ਲਾਇਆ ਵੈ। ਕੋਈ ਵੀ ਇਸਲਾਮ ਸਾਡਾ ਮਜ਼ਹਬ ਇਜਾਜ਼ਤ ਨਹੀਂ ਦਿੰਦਾ ਕਿ ਜਿਹੜੇ ਛੋਟੇ ਬੱਚੇ, ਮਾਸੂਮ ਬੱਚੇ ਹੈ ਜਾਂ ਔਰਤਾਂ ਵਾ ਜਾਂ ਬੁੱਢੇ ਆ, ਜੰਗ ਦੇ ਵਿੱਚ ਵੀ ਉਹਨਾਂ ਨੂੰ ਕੁਛ ਨਾ ਕਿਹਾ ਜਾਵੇ। ਸਿਰਫ ਜਿਹੜਾ ਬੰਦਾ ਜੰਗ ਲੜਿਆ ਵੈ ਉਹਦੇ ਨਾਲ ਜੰਗ ਲੜੀ ਜਾਵੇ, ਅਤੇ ਜੰਗ ਤੋਂ ਬਾਅਦ ਜੇ ਜੰਗੀ ਕੈਦੀ, ਉਹਨਾਂ ਨੂੰ ਕੋਈ ਸਜ਼ਾ ਨਾ ਦਿੱਤੀ ਜਾਵੇ, ਬਲਕਿ ਉਹਨੂੰ ਕੈਦ ਕੀਤਾ ਜਾਵੇ, ਉਹਨਾਂ ਨੂੰ ਹੱਕ ਕਤਲ ਨਾ ਕੀਤਾ ਜਾਵੇ। ਲੇਕਿਨ ਇਹ ਕਿਸ ਤਰ੍ਹਾਂ ਦੇ ਮੁਸਲਮਾਨ ਸੀ ਕਿ ਮਾਸੂਮ ਛੋਟੇ ਛੋਟੇ ਬੱਚੇ, 9-7 ਸਾਲ ਦਾ ਬੱਚਾ ਕੀ ਕਰ ਸਕਦਾ ਵੈ। ਲੇਕਿਨ
ਉਹਨਾਂ ਦੀ ਜ਼ਹਿਨੀਅਤ ਦੇਖੋ ਕਿ ਇਸ ਤਰ੍ਹਾਂ ਦਾ ਬੰਦਾ ਜਿਹੜਾ ਜ਼ੁਲਮ ਸਿਤਮ ਕਰਦਾ ਉਹਦਾ ਕੋਈ ਮਜ਼ਹਬ ਨਹੀਂ ਹੁੰਦਾ, ਉਹ ਸ਼ੈਤਾਨ ਹੁੰਦਾ ਵੈ, ਸ਼ੈਤਾਨ ਦਾ ਪੈਰੋਕਾਰ ਹੁੰਦਾ ਵੈ, ਉਹਨੇ ਸਿਰਫ ਰੂਪ ਧਾਰਿਆ ਹੁੰਦਾ ਵੈ ਕਿਸੇ ਵੀ ਮਜ਼ਹਬ ਦਾ, ਅਤੇ ਮਜ਼ਹਬ ਦੀ ਬਦਨਾਮੀ ਦਾ ਬਾਇਸ ਬਣਦਾ ਵੈ। ਜਿਹੜਾ ਅੱਲਾਹ ਵਾਲਾ ਬੰਦਾ ਹੁੰਦਾ ਵਾ, ਵਾਹਿਗੁਰੂ ਵਾਲਾ ਹੁੰਦਾ ਵੈ, ਉਹ ਕਿਸੇ ਵੀ ਮਜ਼ਹਬ ਤੋਂ ਅਲੱਗ ਰੱਖਦਾ ਹੋਵੇ ਉਹ ਕਦੀ ਵੀ ਕਿਸੇ ਦੇ ਜ਼ੁਲਮ ਜ਼ਿਆਦਤੀ ਨਹੀਂ ਕਰੇਗਾ। ਲੇਕਿਨ ਅਸਲ ਜਿਹੜਾ ਮਕਸਦ ਹੈ ਕਿ ਸਾਹਿਬਜ਼ਾਦਿਆਂ ਨੇ ਦੇਖੋ ਕਿੱਡੀ ਵੱਡੀ ਕੁਰਬਾਨੀ ਦਿੱਤੀ ਹੈ, ਸਿੱਖ ਇਸ ਕੁਰਬਾਨੀ ਨੂੰ ਯਾਦ ਕਰਦੇ ਆ, ਮੈਂ ਇਹ ਨਹੀਂ ਕਹਿੰਦਾ, ਉਹਦਾ ਬੜਾ ਇਹਤਰਾਮ ਕਰਦੇ ਆ। ਲੇਕਿਨ ਅੱਜ ਮੈਂ ਵੀਡੀਓ ਦੇਖੀ, ਮੇਰੇ ਕੋਲ ਵੀਡੀਓ ਸੁਣੀ ਨਹੀਂ ਸੀ ਜਾ ਰਹੀ, ਬੋਲਿਆ ਨਹੀਂ ਸੀ ਜਾ ਰਿਹਾ, ਰਿਐਕਸ਼ਨ ਨਹੀਂ ਸੀ ਹੋ ਰਿਹਾ। ਲੇਕਿਨ ਬਹੁਤ ਬੜੀ ਬਹੁਤ ਅੱਛੀ ਵੀਡੀਓ ਹੈ, ਬਿਲਕੁਲ ਜਿਸ ਬੰਦੇ ਨੇ ਗਾਣਾ ਬਣਾਇਆ ਪੂਰੀ ਤਰਜਮਾਨੀ ਕੀਤੀ ਹੈ, ਦਿਲ ਨੂੰ ਨਾ ਹਿਲਾ ਦੇਣ ਵਾਲੀ ਵੀਡੀਓ ਹੈ। ਵੀਰੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਦੇ ਬਟਨ ਨੂੰ ਦਬਾਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲੇ ਮਿਲ ਸਕੇ। ਆਪਣਾ ਢੇਰ ਸਾਰਾ ਖਿਆਲ ਰੱਖਣਾ, ਦੁਆਵਾਂ ਯਾਦ ਰੱਖਣਾ। ਅੱਲਾ ਹਾਫਿਜ਼।